ਚੈਕਿੰਗ ਸਾਡੇ ਮਾਨਯੋਗ ਐਸਐਸਪੀ ਸਾਹਿਬ ਸਰਦਾਰ ਸਵਰਨਦੀਪ ਸਿੰਘ ਜੀ ਦਿਸ਼ਾ ਨਿਰਦੇਸ਼ ਹੇਠ ਸੀ ਨਾ ਕਰੋਨਾ ਮਹਾਮਾਰੀ ਨੂੰ ਲੈ ਕੇ ਲੋਕਾਂ 'ਚ ਜਾਗਰੂਕ ਵੀ ਕਰ ਰਹੇ ਹਾਂ ਕਿ ਮਾਸਕ ਲਗਾ ਕੇ ਰੱਖੋ ਔਰ ਲੋਕਾਂ ਦਾ ਦੂਰੀ ਇੱਕ ਦੂਜੇ ਸਮਾਜਿਕ ਦੂਰੀ ਜਿਹੜੀ 2 ਗਜ਼ ਦੀ ਦੂਰੀ ਹੈ ਉਹ ਬਣਾ ਕੇ ਰੱਖਣੀ ਜ਼ਰੂਰੀ ਹੈ ਔਰ ਆਪਾਂ ਇਸ ਪ੍ਰਤੀ ਲੋਕਾਂ ਨੂੰ ਵੀ ਅਵੇਅਰ ਕਰਨਾ ਹੈਗਾ ਔਰ ਸਾਡੇ ਨਾਲ ਅਸੀਂ ਹੈਲਥ ਡਿਪਾਰਟਮੈਂਟ ਦੀ ਟੀਮ ਵੀ ਹੈਗੀ ਹੈ ਅਤੇ ਜੇ ਅਸੀਂ ਬੱਸ ਅੱਡੇ 'ਤੇ ਖੜ੍ਹੇ ਹਾਂ ਜਾਂ ਰੇਲਵੇ ਸਟੇਸ਼ਨ 'ਤੇ ਜਾਂਦੇ ਹਾਂ ਹੁਣ ਅਸੀਂ ਲਾਇਨਜ਼ ਕਲੱਬ ਵਿੱਚ ਜਾ ਕੇ ਉੱਥੇ ਸੈਂਪਲਿੰਗ ਕਰਾਉਂਦੇ ਹਾਂ ਵਿਲਿੰਗ ਲੋਕਾਂ ਦੀ ਸੈਂਪਲਿੰਗ ਕਰਾਉਂਦੇ ਹਾਂ ਔਰ ਜਿਹੜੇ ਮਾਸਕ ਨਹੀਂ ਲੱਗਿਆ ਹੋਇਆ ਉਹਨੂੰ ਮਾਸਕ ਦੇ ਕੇ ਫਿਰ ਉਹਦਾ ਸੈਂਪਲ ਵੀ ਦਵਾ ਦਿੰਦੇ ਹੈਗੇ ਨਾਲ ਦੇ ਨਾਲ ਇਸ ਤਰ੍ਹਾਂ ਦੇ ਨਹੀਂ ਜੁਰਮਾਨੇ ਨੂੰ ਸਾਡੀ ਪਹਿਲ ਨਹੀਂ ਹੈ ਜੁਰਮਾਨਾ ਲਾਸਟ 'ਤੇ ਆ ਜੁਰਮਾਨੇ ਨੂੰ ਪਹਿਲ ਨਹੀਂ ਹੈ ਪਹਿਲਾਂ ਸਾਡੀ ਪਹਿਲ ਹੈਗੀ ਮਾਸਕ ਪ੍ਰਤੀ ਜਾਗਰੂਕ ਕਰਨਾ ਔਰ ਸੈਂਪਲਿੰਗ ਕਰਾਉਣਾ ਸੈਂਪਲਿੰਗ ਅਸੀਂ ਹੁਣ ਤੱਕ ਕਰੀਬ ਕਰਾ ਦਿੱਤੇ ਨੇ 80 ਸੈਂਪਲ ਕਰਾ ਦਿੱਤੇ ਨੇ ਬਿਲਕੁਲ ਲੋਕਾਂ ਨੂੰ ਜਾਗਰੂਕ ਕਰਨ ਪ੍ਰਤੀ ਸਾਡੀ ਮੁਹਿੰਮ ਜਾਰੀ ਰਹੂਗੀ ਨੁਕਸਾਨ ਨਹੀਂ ਕਰਨਾ ਅਸੀਂ ਲੋਕਾਂ ਨੂੰ ਜਾਗਰੂਕ ਕਰਨਾ ਹੈ